डायरेक्टली कुछ आस नहीं मिल रही। पंजाब दियां जेलां अक्सर ही सुर्खियां च रहिंदियां ने क्योंकि आए दिन जेलां चो मोबाइल फोन नशीले पदार्थ अते खूनी झड़प देखण नूं अते सुणन नूं मिलदी है। अज फिरोजपुर दे केंद्रीय जेल मुड़ विवादा जा चुकी है। दरअसल इस जेल दे अंदर दो कैदी आपस दे विच भिड़दे ने ते इक दूजे ते हमला कर दिंदे ने, जिस तों बाद एक कैदी गंभीर रूप च जख्मी हो जांदा है, जिस नूं सिविल हस्पताल विच भर्ती करवाया जांदा है। ਇਹ ਪੇਸ਼ੈਂਟ ਰੁਕਮਨਦੀਪ ਨਾਂ ਤੋਂ ਆਇਆ ਸੈਂਟਰ ਜੇਲ ਤੋਂ, ਉੱਥੇ ਲੜਾਈ ਹੋਈ ਹੈ, ਉਹ ਪਰਚਾ ਕਢਾਉਣ ਆਇਆ ਸਾਡੇ ਕੋਲ। ਇੱਥੇ ਕਿੰਨੇ ਕੁ ਸੱਟ ਲੱਗੇ ਆਂਦੇ ਜੀ? ਉਹਦੇ ਇੱਕ ਸਿਰ ਤੇ ਸੱਟ ਹੈ ਜੀ, ਥੋੜਾ ਫੇਸ ਤੇ ਦਰਦ ਹੋ ਰਿਹਾ। ਪਹਿਲੇ ਵਾਲਾ ਸਰਟੀਫਿਕੇਟ ਹੈ ਇਹ ਜੇਲ ਦੇ ਵਿੱਚੋਂ ਆਇਆ ਜੀ? ਹਾਂਜੀ, ਜੇਲ ਵਿੱਚੋਂ ਆਇਆ। ਕੀ ਨਾਮ ਦੱਸਿਆ? ਰੁਕਮਨਦੀਪ। ਇਸ ਮੌਕੇ ਕੈਦੀ ਰੁਕਮਨਦੀਪ ਸਿੰਘ ਨੇ ਦੱਸਿਆ ਕਿ ਮਾਮੂਲੀ ਕਹਿਆ ਸੁਣੀ ਹੋਈ ਸੀ, ਜਿਸ ਤੋਂ ਬਾਅਦ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹੋਰ ਕੀ ਕੁਝ ਕਹਿਣਾ ਹੈ ਕੈਦੀ ਦਾ, ਆਓ ਸੁਣਦੇ ਹਾਂ। ਰੁਕਮਨਦੀਪ ਸਿੰਘ, ਲੜਾਈ ਕਿੰਨੇ ਨਾਲ ਹੋਈ ਹੈ ਜੀ? ਬੈਰਕ ਦੇ ਵਿੱਚ ਆਪਸ ਨੇ ਮੁੰਡੇ ਬੋਲੇ ਤੇ ਕਿੰਨੇ ਨੇ ਇਹ? ਉਹ ਇੱਕ ਨਾ ਆਪਸ ਮਾਮਲਾ ਸੀ ਵੈਸੇ, ਮਾੜੀ ਮੋਟੀ ਗੱਲ ਤੋਂ ਬੋਲ। ਤੇ ਕਿੰਨੇ ਕੁ ਸੱਟ ਵੱਜੇ ਤੁਹਾਡੇ? ਥੋੜ੍ਹੀ ਹੈ ਸਿਰ ਤੇ ਵੱਜੀ ਆ ਤੇ ਦੂਜੇ ਤੇ ਵੱਜੀ ਆ? ਨਹੀਂ। ਉਹਦਾ ਕੀ ਨਾਮ ਆ? ਉਹ ਨਾਂ ਨਹੀਂ ਪਤਾ। ਦੂਜੇ ਪਾਸੇ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮਾਮੂਲੀ ਤਕਰਾਰ ਇੰਨੀ ਵੱਧ ਗਈ ਕਿ ਇੱਕ ਦੂਜੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਜੇਲ੍ਹ ਦੇ ਅੰਦਰ ਲੜੇ, ਗੱਲ ਕੀ ਹੋਈ? ਤਾਂ ਜੇਲ੍ਹਾਂ 'ਚ ਵਾਰਦਾਤਾਂ 'ਚ ਠੱਲ ਪੈਣ ਦਾ ਨਾਂ ਨਹੀਂ ਲੈ ਰਹੀਆਂ, ਪਰ ਆਏ ਦਿਨ ਅਜਿਹੀਆਂ ਵਾਰਦਾਤਾਂ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਕਰਦੀਆਂ ਨੇ। ਤਾਂ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਅਜਿਹੀਆਂ ਵਾਰਦਾਤਾਂ ਨਾ ਵਾਪਰ ਸਕਣ। ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਪੰਮਾ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਬੈਰਕ ਦੇ ਵਿੱਚ ਆਪਸ ਨੇ ਮੁੰਡੇ ਬੋਲੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।